ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਮੈਂ ਹਾਂ ਤੁਹਾਡੀ ਭੈਣ ਪੰਜਾਬੀ ਪਠਾਣੀ। ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਇਸੇ ਗੁਆਦ ਹਮ ਸ਼ੁਰੂ ਕਰਦੇ ਹਾਂ ਅੱਜ ਸਭ ਲੋਕ। ਮੈਂ ਤਾਂ ਦੂਸਰਾ ਨਾਸ਼ਤਾ ਤਿਆਰ ਕਰ ਲਿਆ ਵਾ ਸੁਬਹਾ ਦਾ, ਅਤੇ ਬਾਜੀ ਕਹਿੰਦੀ ਆ ਮੈਂ ਆਪਣੀ ਚਾਹ ਬਣਾਉਣ ਲੱਗੀ ਹਾਂ। ਪਤਾ ਨਹੀਂ ਹੁਣ ਬਾਜੀ ਕਿਹੜੀ ਚਾਹ ਪੀਂਦੀ ਆ, ਉਹ ਤਾਂ ਮੈਨੂੰ ਸਮਝ ਨਹੀਂ ਆਉਂਦੀ। ਮੈਂ ਤਾਂ ਬਣਾਈ ਆ ਦੁੱਧ ਵਾਲੀ ਚਾਹ, ਅਤੇ ਬਾਜੀ ਪਤਾ ਨਹੀਂ ਇੱਥੇ ਇੱਕ ਜੱਗ ਲਏ ਉਹਨੇ, ਆਪਣੇ ਚਾਹ ਚੂ ਵਾਸਤੇ ਤੇ ਪਾਣੀ ਪੂਣੀ ਗਰਮ ਕਰਨ ਵਾਸਤੇ। ਮੈਂ ਕਿਹਾ ਸਾਡੇ ਘਰ ਚੁੱਲ੍ਹਾ ਹੈਗਾ, ਅਸੀਂ ਉਹਦੇ ਤੇ ਤੈਨੂੰ ਸਾਰਾ ਕੁਛ ਗਰਮ ਕਰ ਲਵਾਂ। ਕਹਿੰਦੇ ਇਹਦੇ ਨਾ ਜਲਦੀ ਹੋ ਜਾਂਦਾ ਕੰਮ। ਮੈਂ ਕਿਹਾ ਅੱਛਾ, ਮੈਂ ਤਾਂ ਆਹ ਚੀਜ਼ਾਂ ਪਹਿਲੀ ਦਫ਼ਾ ਦੇਖਣ ਲੱਗੀ ਹਾਂ, ਅੱਗੇ ਨਹੀਂ ਮੈਂ ਕਦੀ ਇਸ ਤਰ੍ਹਾਂ ਚੀਜ਼ਾਂ ਦੇਖੀਆਂ ਵੀ ਜੱਗ ਦੇ ਵਿੱਚ ਬਾਹਰੋਂ ਪਲਾਸਟਿਕ ਆ ਨਾ, ਬਾਹਰੋਂ ਪਲਾਸਟਿਕ ਪਲਾਸਟਿਕ ਦੇ ਵਿੱਚ ਕਿਸ ਤਰ੍ਹਾਂ ਚਾਹ ਪੱਕ ਜਾਵੇ। ਹੁਣ ਚੁੱਲ੍ਹੇ ਦੇ ਉੱਤੇ ਪਲਾਸਟਿਕ ਦੀ ਚੀਜ਼ ਰੱਖੋ ਤੇ ਉਹ ਇਕੱਠੀ ਹੋ ਜਾਂਦੀ ਆ, ਲੇਕਿਨ ਆਹ ਦੇਖੋ ਇਹਨਾਂ ਨੇ ਚਾਹ ਇਹਦੇ ਵਿੱਚ ਹੀ ਬਣਾਉਣੀ ਆ। ਅੱਜ ਦੇਖਦੇ ਹਾਂ ਚਾਹ ਕਿਸ ਤਰ੍ਹਾਂ ਬਾਜ ਬਣਾਉਂਦੀ ਆ। ਮੈਂ ਆਈ ਆ ਫਰਿੱਜ ਚੋਂ ਦੁੱਧ ਚੱਕਣ, ਤੇ ਅੱਜ ਨਵੇਂ ਤਰੀਕੇ ਨਾਲ ਚਾਏ ਬਾਜੀ ਬਣਾਉਣ ਲੱਗੀ ਆ। ਕਿੱਦਾਂ ਬਣਦੀ ਆ ਚੈੱਕ ਕਰਾਂਗੇ ਜੀ। ਸਾਰੀਆਂ ਚੀਜ਼ਾਂ ਨਾ ਬਾਜੀ ਨੇ ਰੱਖਤੀਆਂ, ਇੱਕ ਦੇ ਵਿੱਚ ਚੀਨੀ ਰੱਖੀ ਆ, ਇੱਕ ਦੇ ਵਿੱਚ ਦੁੱਧ ਵਾ, ਅਤੇ ਇਹਦੇ ਵਿੱਚ ਨਾ ਹੁਣ ਬਾਜੀ ਨੇ ਪੱਤੀ ਦਾ ਉਹ ਪੱਤਾ ਜਿਹਾ ਸਿੱਟ ਦਿੱਤਾ, ਅਤੇ ਹੁਣ ਪਾਣੀ ਪਾਉਣ ਲੱਗੀ ਆ। ਇਹ ਤਾਂ ਪੱਤੀ ਬੜੀ ਤੇਜ਼ ਹੈ, ਯਾਨੀ ਟੀ ਪੈਕ ਨਹੀਂ ਹੁੰਦਾ ਪੱਤੀ ਵਾਲੀ, ਇਹ ਉਹ ਚੀਜ਼ ਆ। ਇਹ ਇਹਦੇ ਕੰਮ ਦੇ ਦੇਖੋ, ਕਿਸੇ ਨੇ ਬੁਰਖੇ 'ਚ ਬੰਦ ਕੀਤੇ ਆ ਪੱਤੀ ਵੀ, ਵੀ ਇਹ ਵੀ ਪੜਦੇ ਦੇ ਵਿੱਚ ਰਵੇ। ਇਹ ਯਾਨੀ ਇੱਕ ਇਸਤੇਮਾਲ ਹੋ ਜਾਵੇ ਫਿਰ ਖਤਮ ਹੋ ਜਾਂਦੀ ਹੈ। ਅੱਛਾ, ਦੁਬਾਰਾ ਨਹੀਂ ਇਸਤੇਮਾਲ ਹੋਣਾ। ਪੱਤੀਆਂ ਵੀ ਬੁਰਖੇ 'ਚ ਆ ਗਈ, ਬਸ ਇਹਨਾਂ ਕੋ ਦੁੱਧ ਕੌਣ, ਇਸ ਦੁੱਧ ਦਾ ਕੀ ਫਾਇਦਾ। ਹੁਣ ਆਪਣੇ ਹਿਸਾਬ ਨਾਲ ਪਾਉਣਾ ਨਾ। ਅੱਛਾ, ਨਾਲ ਨਾਲ ਹਿਲਾਈ ਵੀ ਜਾਣਾ ਵਾ ਤੇ ਨਾਲ ਨਾਲ ਚਾਹ ਬਣ ਗਈ। ਚਲੋ ਹੁਣ ਜੀ ਮਾਸ਼ਾਅੱਲਾ ਮਿੰਟਾਂ ਦੇ ਵਿੱਚ ਚਾਹ ਜਿਹੜੀ ਆ ਨਾ ਬਾਜੀ ਦੀ ਤਿਆਰ ਹੋ ਗਈ ਆ। ਇਹ ਤਾਂ ਬੜੇ ਮਜ਼ੇ ਦੀ ਹੋਏਗੀ ਹੈ ਨਾ, ਲੇਕਿਨ ਦੁੱਧ ਥੋੜ੍ਹਾ ਵਾ, ਇੰਨਾ ਕੁ ਪੀਣਾ ਹੁੰਦਾ ਜੀ। ਅਸੀਂ ਨਾ ਅੱਜ ਫਿਰ ਚੱਲੇ ਹਾਂ, ਤੇ ਬਾਜੀ ਹੋਏ ਨਾ ਗੱਡੀ ਜੀ ਬਹਿ ਗਏ ਆ, ਤੇ ਅਸੀਂ ਜਾਣਾ ਵਾ ਅੱਜ ਮੁਲਤਾਨ। ਕਹਿੰਦੇ ਅੱਜ ਮੁਲਤਾਨ ਜਾ ਕੇ ਨਾ ਸੈਰ ਸਪਾਟੇ ਦੇ ਨਾਲ ਮੁਲਤਾਨ ਜਾਵਾਂਗੇ, ਤੇ ਰਸਤੇ 'ਚ ਜੋ ਅਸੀਂ ਹੋਣਗੇ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂਗੇ। ਇਹ ਚੱਲਦੇ ਬਾਜੀ ਕਹਿੰਦੀ ਆ ਤੇਰੀ ਦੇਰ ਆ, ਮੈਂ ਫਿਰ ਉੱਪਰ ਵਾਲੇ ਕੰਮ ਵੀ ਨਾਲ ਸਮੇਟਣੇ ਹੁੰਦੇ ਆ, ਤੇ ਬਾਅਦ ਵਿੱਚ ਸਾਰੀ ਗੱਡੀ 'ਚ ਕਹਿੰਦੇ ਮੈਂ ਬੈਠੂੰਗੀ ਵੀ ਤੂੰ ਆਏ ਨਹੀਂ। ਇੱਥੋਂ ਜੀ ਮਾਸ਼ਾਅੱਲਾ ਜੀ ਤੇਲ ਪਾਉਣ ਲੱਗੇ ਹਾਂ, ਫਿਰ ਮੋਟਰਵੇ ਦਾ ਸਫ਼ਰ ਕਰਾਂਗੇ ਇਨਸ਼ਾਅੱਲਾ, ਅਤੇ ਪੰਪ 'ਤੇ ਪਹੁੰਚ ਗਏ ਹਾਂ, ਅਤੇ ਇੱਥੋਂ ਹੁਣ ਪਾਵਾਂਗੇ ਪੈਟਰੋਲ। ਪੈਟਰੋਲ ਆ ਕਿ ਡੀਜ਼ਲ ਆ? ਡੀਜ਼ਲ ਆ, ਡੀਜ਼ਲ ਪਾਉਣ ਲੱਗੇ ਹਾਂ। ਅਤੇ ਮੈਂ ਪੁੱਛ ਲਿਆ, ਮੈਂ ਕਿਹਾ ਦੇਖ ਲਈਓ ਕਿਤੇ ਮਿਕਸ ਨਾ ਕਰ ਦਈਓ।
ਜੀ ਪਹਿਲੇ ਵੀ ਅਸੀਂ ਇੱਕ ਪੰਪ 'ਤੇ ਖੜ੍ਹੇ ਸੀਗੇ ਅਤੇ ਹੁਣ ਨਾ ਦੁਬਾਰਾ ਫਿਰ ਅਸੀਂ ਇੱਕ ਪੰਪ 'ਤੇ ਖੜ੍ਹੇ ਹੋਏ ਹਾਂ ਅਤੇ ਇੱਥੇ ਵਾਸ਼ਰੂਮ ਜਾਵਾਂਗੇ। ਬਾਜੀ ਤਾਂ ਚੱਲ ਗਈ ਆ, ਮੈਂ ਚੱਲੀ ਹਾਂ ਵਾਸ਼ਰੂਮ। ਜਿਹਨੇ ਜਿਹਨੇ ਨਮਾਜ਼ ਪੜ੍ਹਨੀ ਪੜ੍ਹ ਲਓ। ਇੱਥੇ ਮੁਲਤਾਨ ਦੇ ਨਜ਼ਦੀਕ ਪਹੁੰਚੇ ਹਾਂ ਜੀ ਅਤੇ ਇਹਨੇ ਰਸਤਾ ਬੰਦ ਕੀਤਾ ਹੋਇਆ, ਟ੍ਰੈਫਿਕ ਸਾਰੀ ਖੜ੍ਹੀ ਆ। ਦੇਖਦੇ ਹਾਂ ਕੀ ਮਸਲਾ ਵਾ ਜੀ, ਲੇਕਿਨ ਕਹਿੰਦੇ ਜਾਣ ਨਹੀਂ ਦਿੰਦੇ। ਜੇ ਨਹੀਂ ਜਾਣ ਦਿੰਦੇ ਫਿਰ ਬਹੁਤ ਮਸਲਾ ਬਣ ਗਿਆ, ਸਫ਼ਰ ਹੀ ਪਿੱਛੇ ਬਹੁਤ ਜ਼ਿਆਦਾ ਵਾ। ਗੱਡੀਆਂ ਸਾਰੀਆਂ ਖੜੀਆਂ ਇੱਥੇ। ਐਵੇਂ 10 ਕਿਲੋਮੀਟਰ ਰਹਿ ਗਿਆ। ਚਲੋ ਸਾਰਾ ਬੰਦ ਆ ਜੀ, ਅੱਗੇ ਹੁਣ ਮਾਸਾ ਮਾੜਾ ਜਿਹਾ ਖੁੱਲਿਆ ਵਾ। ਚਲੀਏ ਹੋਟਲ ਦੇ ਬੈਕ ਸਾਈਡ ਦੇ ਨਾਲ ਇਹਨਾਂ ਨੇ ਇਸ ਤਰ੍ਹਾਂ ਬੂਟੇ ਵਗੈਰਾ ਲਾਏ ਆ ਅਤੇ ਉੱਧਰ ਮੇਰੇ ਖਿਆਲ ਇਹਨਾਂ ਦੀਆਂ ਰਹਿਸ਼ਾਂ ਵਾ। ਹਾਂ ਅਤੇ ਮਾਸ਼ਾਅੱਲਾ ਅੱਛੀ ਜਗ੍ਹਾ ਬਣਾਈ ਇਹਨਾਂ ਨੇ। ਆ ਜਾਓ ਜੀ, ਅਸੀਂ ਆਏ ਹਾਂ ਸ਼ਾਹ ਮਸਜਿਦ ਦਰਬਾਰ 'ਤੇ ਅਤੇ ਹੁਣ ਸਲਾਮ ਕਰਨਗੇ ਇੱਥੇ। ਹਾਂਜੀ ਮਾਸ਼ਾਅੱਲਾ ਦਰਬਾਰ 'ਤੇ ਅਸੀਂ ਪਹੁੰਚ ਗਏ ਹਾਂ ਅਤੇ ਹੁਣ ਨਾ ਕਰਾਂਗੇ ਸਲਾਮ। ਹਾਂ ਇਹ ਚਿਰਾਗ ਆ, ਦੀਵੇ ਬਾਲ ਕੇ ਜਾਂਦੇ ਆ, ਨਾਲ ਤੇਲ ਵੀ ਆ ਤੇ ਨਾਲ। ਹਾਂਜੀ ਚਿਰਾਗ ਬਾਲ ਕੇ।
ਇੱਧਰ ਮਾਸ਼ਾਅੱਲਾ ਕਬੂਤਰ ਚੈੱਕ ਕਰੋ, ਦਾਣਾ ਖਾ ਰਹੇ ਆ। ਹਾਂਜੀ, ਦਾਣਾ ਦੂਣਾ ਪਾਉਂਦੇ ਆ। ਅਤੇ ਦੂਸਰਾ ਤੁਹਾਨੂੰ ਪਹਿਲੇ ਜਿੱਥੇ ਗਏ ਸੀਗੇ ਉਹ ਕੱਲ੍ਹ ਗਏ ਸੀਗੇ, ਅੱਜ ਫਿਰ ਗਏ ਹਾਂ, ਉੱਧਰ ਦਾ ਕਿੱਦਾਂ ਲੱਗਿਆ? ਸਾਰੀਆਂ ਜਗ੍ਹਾ ਜਿਹੜੀਆਂ ਜਿਹੜੀਆਂ ਤੁਸੀਂ ਹੱਸ ਕੇ ਦੱਸੀਆਂ ਨਾ, ਸਾਰੀਆਂ ਜਗ੍ਹਾ ਮਾਸ਼ਾਅੱਲਾ ਇੱਕ ਦੂਸਰੇ ਤੋਂ ਵੱਧ ਕੇ ਜਗ੍ਹਾ ਸਾਨੂੰ ਤੱਕਣ ਦਾ ਬਹੁਤ ਸ਼ੌਕ ਸੀ। ਤੁਸੀਂ ਹੱਸ ਦੀ ਇਹ ਵੀ ਖਵਾਹਿਸ਼ ਪੂਰੀ ਕਰ ਸਕਦੀ ਹੈ, ਹੱਸ ਅੱਗੇ ਵੀ ਜਗ੍ਹਾ ਦਿਖਾ ਦਿੱਤੀ। ਹਾਂਜੀ, ਬਹੁਤ ਖੁਸ਼ੀ ਹੋਈ। ਕਹਿੰਦੇ ਸੀ ਕਿ ਵੀ ਅਸੀਂ ਇਸ ਇਸ ਜਗ੍ਹਾ 'ਤੇ ਜਾਣਾ ਵਾ, ਮੈਨੂੰ ਨਾਮ ਵੀ ਨਹੀਂ ਸੀ ਆਉਂਦੀ, ਮੈਂ ਵੀ ਪਹਿਲੀ ਦਫ਼ਾ ਆਈ ਹਾਂ, ਲੇਕਿਨ ਮੈਂ ਕਿਹਾ ਤੁਹਾਨੂੰ ਮੈਂ ਲਾਜ਼ਮੀ ਲੈ ਕੇ ਜਾਵਾਂਗੀ। ਮੈਂ ਤਾਂ ਆਪਣਾ ਵਾਅਦਾ ਪੂਰਾ ਕੀਤਾ, ਅਸੀਂ ਵੀ ਅਲੱਗ ਕਰ ਰੱਖੇ ਥੋੜ੍ਹੇ ਦਿਨਾਂ ਤੀਕਰ, ਨਾ ਚਾਹੇ ਮਹੀਨੇ ਤੀਕਰ ਚਾਹੇ ਡੇਢ ਮਹੀਨੇ ਤੀਕਰ, ਅਸੀਂ ਵੀ ਜਾਵਾਂਗੇ ਇਹਨਾਂ ਦੇ ਕੋਲ। ਹਾਂਜੀ, ਇਹਨਾਂ ਦੇ ਵਾਲਦ ਸਾਹਿਬ ਨੇ ਸਾਨੂੰ ਬੁਲਾਇਆ ਵਾ ਬੜੇ ਪਿਆਰ ਮੁਹੱਬਤ ਨਾਲ, ਕਹਿੰਦੇ ਤੁਸੀਂ ਸਾਡੇ ਕੋਲ ਆਉਣਾ ਵਾ, ਅਤੇ ਇਹ ਦੋਨੇ ਬਹੁਤ ਜ਼ਿੱਦ ਕਰਦੇ ਆ, ਕਹਿੰਦੇ ਹੁਣ ਤਾਂ ਅਸੀਂ ਤੁਹਾਡੇ ਕੋਲ ਆਏ ਹਾਂ, ਸਾਨੂੰ ਪਤਾ ਹੀ ਨਹੀਂ ਸੀ ਤੁਸੀਂ ਇੰਨੇ ਅੱਛੇ ਲੋਕ ਹੋ ਕੇ। ਅਤੇ ਜਦੋਂ ਬੰਦਾ ਮਿਲਦਾ ਵਾ ਨਾ, ਉਦੋਂ ਫਿਰ ਪਤਾ ਚੱਲਦਾ ਵੀ ਲੋਕ ਕਿਸ ਤਰ੍ਹਾਂ ਦੇ ਆ, ਕਿਸ ਤਰ੍ਹਾਂ ਦੇ। ਚਲੀਏ ਜੀ, ਚਲੋ ਭਾਜੀ, ਆ ਚਲੀਏ, ਆ ਜਾਓ ਜੀ। ਮੌਸਮ ਵੀ ਬਾਹਰ ਖਰਾਬ ਆ, ਤੇਰਾ ਤੰਦੂਰ ਦਾ ਕੀ ਬਣੂਗਾ? ਤੰਦੂਰ ਰਿਹਾਨ ਨੂੰ ਫੋਨ ਕਰਦੇ ਆ ਨਾ, ਤੇ ਉਹਨੂੰ ਕਹਿੰਦੇ ਆ ਉਹ ਤੇ
ਦਰਬਾਰ ਤੇ ਅਸੀਂ ਲੰਘਣ ਲੱਗੇ ਸੀਗੇ ਇਥੋਂ ਤੇ ਦਰਬਾਰ ਦਾ ਲੱਗਾ ਮੇਲਾ ਤੇ ਮੈਂ ਕਿਹਾ ਉਹ ਵੀ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂ ਤੇ ਲੋਕੀ ਇਸ ਤਰ੍ਹਾਂ ਜਲੇਬੀਆਂ ਕੱਢਦੇ ਆ ਪਕੌੜੇ ਤੇ ਕਾਫੀ ਰਸ਼ ਆ ਇੱਥੇ ਲੈਣ ਲੱਗੇ ਜੀ ਮਾਸ਼ਾਅੱਲਾ ਜਲੇਬੀਆਂ ਭਾਈ ਹੋਰਾਂ ਨੂੰ ਦੇਖੇ ਅਸੀਂ ਜਲੇਬੀਆਂ ਕੱਢਦੇ ਹਾਂ ਮੈਂ ਕਿਹਾ ਜਲੇਬੀਆਂ ਲੈ ਲਈਏ ਅਸਲਾਮੁਅਲੈਕੁਮ ਜਲੇਬੀਆਂ ਲਓ ਜੀ ਜਲੇਬੀਆਂ ਲਓ